ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ ਬਾਬਾ, ਮੈਂ ਨਹੀਂ ਜਾਣਾ, ਮੈਂ ਝੂਠ ਬੋਲਿਆ ਵਾ, ਮੇਰਾ ਵੀ ਬੁਰਾ ਹਾਲ, ਮੈਂ ਝੂਠ ਬੋਲਿਆ, ਮੈਂ ਨਹੀਂ ਜਾਣਾ। ਗੱਲ ਸੁਣ ਲੈ ਫਿਰ, ਹਾਂ ਜੇ ਗੱਲ ਸੁਣ ਲੈ, ਜੇ ਤੂੰ ਨਹੀਂ ਨਾ ਉੱਥੇ ਜਾਣਾ, ਹਾਂ ਮੈਂ ਨਹੀਂ ਉਹ ਪੱਠੇ ਪਾਉਣੇ, ਪੱਠੇ ਤੂੰ ਪਾਉਣੇ। ਮੈਂ ਪੱਠੇ ਵੀ ਨਹੀਂ ਪਾਉਣੇ ਬਾਬਾ, ਨਾ ਮੈਂ ਜਾਣਾ ਹੀ ਹਾਂ, ਮੈਨੂੰ ਹੋਇਆ ਹੀ ਨਹੀਂ ਕੁਛ ਤੇ, ਮੈਂ ਤਾਂ ਪੱਠੇ ਪਾਉਣ ਦੀ ਮਾਰੀ ਆਖਣ ਡਈ ਹਾਂ, ਤੇ ਮੈਨੂੰ ਪੱਠੇ ਨਾ ਪਾਉਣੇ ਪੈਣਗੇ। ਫਿਰ ਪਾਏਗੀ ਨਾ ਤੂੰ? ਮੈਂ ਨਹੀਂ ਪਾਉਣੇ, ਨਾ ਮੈਂ ਜਾਣਾ। ਗੱਲ ਵੀ ਨਹੀਂ ਸੁਣਦੀ, ਭੱਜੀ ਜਾਂਦੀ ਆ। ਸੋਨੂੰ ਨੂੰ ਆਖੋ ਪਾਵੇ, ਕੀ ਮਨਜੋਤ ਨੂੰ ਆਖੋ ਪੱਠੇ ਪਾਵੇ, ਉਹ ਤੇ ਆਪਣਾ ਕੰਮ ਕਰਨ ਡਏ ਆ ਨਾ। ਤੂੰ ਗਈ ਸੀ ਨਾ ਪੱਠੇ ਪਾਉਣ, ਤੇ ਮੈਂ ਤੈਨੂੰ ਭੂਤ ਵਿਖਾਈ ਦਿੱਤੇ, ਮੈਂ ਤਾਂ ਤੇਰੇ ਕਢਾਉਣ ਚੱਲਿਆ ਸੀ, ਨਾਲੇ ਮੈਂ ਆਪਣੇ ਕਢਾ ਲਿਆਉਣਾ। ਤੁਸੀਂ ਆਪਣੇ ਚਲ ਜਾਓ, ਤੁਸੀਂ ਜਾਓ, ਫੇ ਤੁਹਾਨੂੰ ਹੋਣੇ ਆ। ਨਹੀਂ ਨਹੀਂ, ਭੂਤ ਇੱਥੇ ਲਾਗੇ ਰਹਿਣਗੇ ਨਾ, ਚਲ ਜਾਓ ਫੇ ਤੂੰ ਡੇਰੇ ਤੇ, ਕੀ ਮੈਂ ਤਾਂ ਇੱਥੇ ਲਾ, ਮੈਂ ਨਹੀਂ ਆ। ਉਹ ਗੱਲ ਤੇ ਸੁਣ ਲੈ, ਗੱਲ ਨਹੀਂ, ਮੈਂ ਨਹੀਂ ਸੁਣਨੀ ਗੱਲ ਹੁਣ, ਨਾ ਵੇ ਹੁਣ ਹੁਣ ਚਮਟੇ ਦਾ ਕਿੱਦਾਂ ਡਰ ਲੱਗਾ, ਆਹ ਇਧਰ ਤੈਨੂੰ ਦਿਖਾਈ ਦੇਣਗੇ ਜਿਹੜੇ ਭੂਤ, ਤੈਨੂੰ ਹੋਰ ਨਾ ਤੈਨੂੰ ਕੁਝ ਦਿਖਾਈ ਦੇਊਗਾ, ਤੇਰੇ ਦੇ ਭੂਤ ਐਸੇ ਮੈਂ ਕੱਢੂੰਗਾ ਤੇ ਜਿਹੜੇ ਜ਼ਿੰਦਗੀ ਭਰ ਯਾਦ ਰੱਖੇਗੀ। ਮਾਰਦੀ ਆ ਭੂਤ, ਆ ਭੂਤ ਕਰਦੀ ਫਿਰਦੀ ਆ, ਹੁਣ ਨਾ ਕਰੇਗੀ, ਸੁੱਖ ਨੂੰ ਵੀ ਦੱਸੂਗੀ ਇਹ ਵੀ ਭੂਤ ਹੈ ਨਹੀਂ ਉਹ ਸੁੱਖ ਕਹਿੰਦੇ, ਨਹੀਂ ਤੇ ਡੈਡੀ ਤੇਨੇ ਚੁਮਟਾ ਬੜਾ ਫਰਾਉਣਾ ਈ, ਦੱਸ ਦੇ ਸੁੱਖ ਨੂੰ ਵੀ। ਹਾਏ ਬਾਬਾ, ਲੋਕੀ ਆਂਦੇ ਆ ਬੁੱਢੀ ਬੰਦੇ ਦਾ ਇੱਕ ਪੜਦਾ ਵਾ, ਇਹ ਜੀਵਨ ਸਾਥੀ ਆ, ਸੜ ਜੇ ਜੀਵਨ ਸਾਥੀ ਇਹੋ ਜਿਹਾ, ਕਿਤੇ ਮੈਨੂੰ ਧੂ ਧੂ ਕੇ ਲਈ ਜਾਵੇ, ਆਂਦਾ ਆ ਤੈਨੂੰ ਚਿਮਟੇ ਫੜਾ ਕੇ ਲਿਆਵਾਂ, ਮੈਂ ਤਾਂ ਕਦੀ ਵੀ ਨਾ ਚਿਮਟੇ ਖਾਵਾਂ, ਮੈਂ ਤਾਂ ਆਖਾਂ ਚੱਲ ਅੱਛਾ ਕੋਈ ਫੂਕ ਪਾਕ ਮਾਰਦਾ ਹੋਣਾ ਵਾ, ਤੇ ਚੱਲ ਚਲ ਜੂੰਗੀ ਮੈਂ ਗੱਲਾਂ ਸੁਣਦੀ ਰਹੀ, ਵੇ ਨੀ ਕਿੱਡਾ ਚਲਾਕ ਆ ਇਹਦਾ ਰਾਦਾ, ਨੀ ਮੈਂ ਦਿਨਾਂ ਤੇ ਪਾ ਦਾਂ ਇੱਕ ਵਾਰ ਚਿਮਟੇ ਮਰਵਾ ਮਰਵਾ ਕੇ। ਹਾਏ ਮੈਨੂੰ ਦੇਹ ਤੇ ਹੈਗੇ ਸੀ ਭੂਤ ਉੱਦਾਂ, ਪਰ ਮੈਂ ਉਹਦੇ ਕੋਲ ਝੂਠ ਬੋਲਤਾ ਵੀ ਮੈਨੂੰ ਨੀ ਦੇਖਦੇ, ਪਰ ਹੁਣ ਕਿੱਦਾਂ ਹਟਣਗੇ ਮੇਰੇ ਦੁਆਲਿਓਂ। ਹਾਏ ਬਾਬਾ, ਮੈਂ ਤੇਰਾ ਪਾਠ ਕਰਿਆ ਕਰੂੰਗੀ, ਮੈਨੂੰ ਨਾ ਹੁਣ ਭੂਤ ਦਿਖਾਈ ਦੇਣ। ਕਿੱਦਾਂ ਬੋਲਦਾ ਬੋਲਦਾ ਚਲ ਗਿਆ ਵਾ, ਹੁਣ ਨਾ ਜਾਊਂਗੀ ਬਾਬਾ ਮੈਂ ਤਾਂ, ਮੈਂ ਤਾਂ ਕਿਤੇ ਵਾਂਢੇ ਬਣਾ ਜਾਊਂਗੀ, ਕਿਤੇ ਨਾ ਮੈਨੂੰ ਵਾਂਢੇ ਦੇ ਪੱਜ ਲਾ ਕੇ ਤੇ ਮੈਨੂੰ ਉੱਥੇ ਲੈ ਜੇ ਚਿਮਟਿਆਂ ਵਾਲੇ ਕੋ। ਤੁਸੀਂ ਦੀਦੀ ਇੰਨੀ ਗਰਮੀ ਚ ਕੀ ਧਰ ਲਿਆ? ਆ ਮੱਝ ਸੂਈ ਸੀ ਤੇ ਕਿੱਲ ਬਣਾਉਣ ਦੀ। ਕਿੱਲ? ਤੇਰਾ ਰਾਦਾ ਖੋਆ ਮਾਰਨ ਨੀ? ਨਹੀਂ ਨਹੀਂ, ਖੋਆ ਤਾਂ ਨੀ। ਨਹੀਂ ਖੋਆ ਮੈਂ ਗਰਮੀ ਚ ਕੀ, ਪਤਾ ਭੈਣਾ ਕੀ, ਪਹਿਲਾਂ ਕਿਤੇ ਮੱਝ ਸੁਣੀ ਤੇ ਇੰਨਾ ਚਾਹ ਹੋਣਾ ਡੈਡੀ ਨੂੰ, ਤੇ ਦੁੱਧ ਚ ਆਈ ਚਾਹੀਦਾ ਦੇਣਾ ਵੀ ਜੋਤੀ ਆ ਮੱਝ ਦਾ ਨਾ, ਪਹਿਲਾਂ ਦੁੱਧ ਜਿਹੜਾ ਉਹਦੇ ਕਿੱਲ ਬਣਦੇ ਆ, ਉਹ ਡੰਡੇ ਰੱਖ ਦੇਣੇ ਵੀ ਲਿਆ ਖੋਆ ਬਣਾ ਕਿੱਲ, ਤੇ ਨਾਲੇ ਚਾਰ ਦਿਨ ਲੰਘ ਜਾਣਗੇ। ਕੋਈ ਪਹਿਲੀ ਬੋਲੀ ਨੀ ਬਣਾਉਂਦੇ? ਉਹ ਵੀ ਹੁੰਦੀ ਜਿਹੜਾ ਪਹਿਲਾਂ ਦੁੱਧ ਚਾਹੀਦਾ ਕਿੱਲ ਹੁੰਦੀ ਆ, ਉਹਦਾ ਏਦਾਂ ਪਾਣੀ ਸੁਕਾ ਕੇ ਨਾ, ਤੇ ਫਿਰ ਇਹ ਚ ਬੇਸਣ ਲਾ ਲੈਣਾ ਵਾ, ਤੇ ਜਿਹੜੀ ਆਪਣੀ ਮਰਜ਼ੀ ਕੋਈ ਚੀਜ਼ ਜਿਹੜੀ ਮਰਜ਼ੀ ਪਾ ਲਓ, ਬਦਾਮ ਪਾ ਲਓ ਜੋ ਮਰਜ਼ੀ ਪਾ ਲਓ। ਪਹਿਲਾਂ ਸਾਡੇ ਲਵੇਰਾ ਹੀ ਮੁੱਕਰ ਆ, ਜਦੋਂ ਅੰਮ੍ਰਿਤ ਵਿਚਾਰੀ ਨੇ ਦੁੱਧ ਲਿਆਉਣਾ ਤੇ ਪੈਸੇ ਵਧਣੇ, ਤੇ ਵਿਚਾਰੀ ਨਿਆਣੀ ਨੇ ਨਾ ਜੇ ਬਰਗਰ ਲੈ ਹੀ ਆਉਣੇ, ਤੇ ਮੈਂ ਆ ਨਾ ਅੱਜ ਭੱਜ ਨਾਲ ਲੜਾਈ ਪਾ ਦੇਣੀ ਕਿ ਤੂੰ ਹਰ ਦਮ ਮੂੰਹ ਮਾਰਦੀ ਰਹਿੰਦੀ ਆ, ਤੇ ਹੁੰਦਾ ਸੀ ਵੀ ਸਾਡੇ ਕਹਿਣਾ ਚੱਲ ਸਿਆਲ ਚ ਮੱਝ ਸੂਈ ਪੈਣੀ ਅੰਮ੍ਰਿਤ, ਫਿਰ ਬਣਾ ਲਾਂਗੇ ਕੋਈ ਚੀਜ਼, ਤਾਂ ਗਰਮੀ ਚ ਸੂਈ ਨੀ ਆ, ਪੱਖਾ ਨਾਲ ਹੀ ਆਉਣ ਕਰ ਲੈਣਾ ਸੀ। ਕਿਹੜਾ ਪੱਖਾ? ਅੱਛਾ ਇੱਥੇ ਥੱਲੇ ਤਾਂ ਨੀ ਆ ਗਿਆ ਤੇਰੇ? ਆ ਵੇਖ ਇੱਥੇ ਪਿਆ ਸੀ ਚਿੱਟੇ ਜਿਹੇ ਰੰਗ ਦਾ। ਅੱਛਾ ਵਾ, ਆਹੋ ਇਹਨਾਂ ਕਿੰਨੀ ਖਵਾਉਣੀ ਆ, ਵੇ ਇੱਕ ਜਣੇ ਨੂੰ ਤਾਂ ਵਾਧੂ ਆ ਜਾਂਦੀ, ਭਾਵੇਂ ਤੂੰ ਲੈ ਲਾਂਗੇ। ਹਾਂ ਫਿਰ ਕੀ ਆ, ਚੱਲ ਚਲਾ ਕੇ ਵੇਖ ਲੈਨੀ ਆ। ਮੈਂ ਤਾਂ ਆਪ ਗਰਮੀ ਚ ਤਾਂ ਇੱਥੇ ਬਹਿ ਗਈ ਤੇ ਸੇਕ ਤੇ ਮੈਂ ਹਵਾ ਥੰਦੀ ਵੇ, ਤੇ ਮੈਂ ਹੀ ਪੱਖਾ ਲਾ ਕੇ ਡਈ ਹਨਾ। ਨਹੀਂ ਚੱਲ ਦੀਦੀ, ਜਦੋਂ ਬਣੂਗਾ ਨਾ ਇਹਦਾ ਸਵਾਦ ਵਿਖਾਈ ਕਿੱਲਾਂ ਦਾ ਕਿੱਦਾਂ ਦਾ ਹੁੰਦਾ ਵਾ। ਐ ਨਹੀਂ ਪੁੰਮ, ਮੈਂ ਤਾਂ ਮੁੜਕੋ ਮੁੜਤੀ ਹੋ ਗਈ, ਤੂੰ 10 ਮਿੰਟ ਆ ਬਹਿ ਕੜਾਈ ਤੇ, 10 ਮਿੰਟ ਮੈਂ ਹਵਾ ਲੱਗਣਾ ਮਰਜੀ ਆ ਪੱਖੇ ਦੀ। ਨਹੀਂ ਬਹਿਣਾ ਮੈਂ ਕੀ ਆ, ਮੈਨੂੰ ਕੰਮ ਯਾਦ ਆ ਗਿਆ ਵਾ ਤੇ ਮੈਂ ਫੇਰ ਆਉਂਦੀ ਆ। ਚੱਲ ਲਿਆ ਪੱਖਾ ਦੇ ਦੇ, ਮੈਂ ਮਾਰ ਲੈਣੀ ਆਪੇ। ਹੁਣ ਇਹਨੂੰ ਕੰਮ ਯਾਦ ਆ ਗਿਆ ਈ, ਬੰਦਾ ਪੁੱਛੇ ਉਦੋਂ ਦੀ ਗੱਲਾਂ ਮਾਰਨ ਡੀ ਮੇਰੇ ਨਾਲ ਬੈਠੀ, ਤੇ ਸਵਾਦ ਵਿਖਾਈ ਦੀਦੀ, ਜੇ 10 ਮਿੰਟ ਕਹਿ ਤਾਂ ਕੜਾਈ ਤੇ ਬਹਿ ਜਾ, ਤੇ ਫਿਰ ਇਹਦੀ ਬਾਂਹ ਤੱਕਦੀ ਆ, ਤੇ ਖਾਣ ਲੱਗਿਆ ਨੀ ਇਹਦਾ ਮੂੰਹ ਥੱਕਣਾ ਹੈ,
ਸਵਾਦ ਖਾ ਲੇ ਦੀਦੀ, ਮੈਂ ਤਾਂ ਫਿਰ ਸਵਾਦਾਂ ਚ ਹੀ ਰਹੂੰ ਇਹਨਾਂ ਨੇ ਸਾਰਿਆਂ ਨੂੰ ਪਾ ਕੇ। ਮੁੰਡਾ ਪੁੱਛੇ ਗਰਮੀ ਚ ਮੈਂ ਮਰਨ ਡੀ ਆ, ਤੇ ਇਹ ਆਂਦੀ ਮਾਸ ਪਲੇਟ ਚ ਦੇ ਦੀ ਉਹਨੂੰ, ਘੱਲੂ ਨਾ ਵਿਚਾਰੀ ਨੂੰ ਸਮਰੀਤ ਨੂੰ ਮਾਸਾ, ਡੈਡੀ ਨੂੰ ਕਹੂੰ ਨਾਲੇ ਉਹਨੂੰ ਦੇ ਆ ਨਿਆਣੀ ਨੂੰ ਥੋੜਾ ਜਿਹਾ, ਨਾਲੇ ਅਗਲੀ ਦੀ ਵੀ ਸੱਸ ਨੂੰ ਹੋ ਕੇ ਕੁਛ ਭੇਜਿਆ ਵਾ। ਇੱਥੇ ਬੈਠੇ ਮੰਮੀ ਗੁਰਵਰ ਦਾ ਜਨਮ ਦਿਨ ਆਉਣ ਵਾਲਾ ਵਾ ਤੇ ਕਿਹਨੂੰ ਕਿਹਨੂੰ ਸੱਦਣਾ ਜੇ, ਉਹ ਤਾਂ ਸੁੱਤਾ ਹੀ ਨੀ ਉੱਠਣ ਡਿਆ ਤੇ ਨੀਂਦ ਅੱਜ ਕੱਲ ਬੜੀ ਪਿਆਰੀ ਹੋ ਗਈ ਤੇ ਤੁਹਾਨੂੰ ਸਕੂਲ ਕਿੱਦਾਂ ਜਾਇਆ ਕਰੂਗਾ ਮੁੜ ਕੇ, ਮਹਾਂ ਉੱਠਿਆ ਕਰਨਾ। ਮੰਮੀ ਕਿਹੜੀਆਂ ਸੋਚਾਂ ਚ ਪਈ ਹੈ। ਭੂਤ ਮੈਂ ਮੇਰੇ ਮਗਰੇ ਖਰੇ ਆ ਗਏ ਆ। ਮੰਮੀ ਪਾਠ ਕਰਿਆ ਕਰੋ, ਕੋਈ ਭੂਤ ਭਾਤ ਨੀ ਹੁੰਦਾ, ਪਾਠ ਨੀ ਕਰਦਾ ਤੁਸੀਂ? ਤੇ ਕਰਦੀ ਆ, ਤੈਨੂੰ ਦੱਸ ਕੇ ਕਰਨਾ ਪਾਠ ਮੈਂ। ਮੈਂ ਤਾਂ ਸੁੱਤੀ ਨੀ ਸੌਂ, ਸਾਰੀ ਰਾਤ ਨੀ ਸੌਂਦੀ, ਮੈਂ ਇੰਨਾ ਪਾਠ ਕਰਦੀ, ਮੈਂ ਨੀ ਜੇ ਮੈਂ ਸੌਂਗੀ ਤਾਂ ਮੈਨੂੰ ਕਿਤੇ ਫੇਰ ਨਾ ਦਿਖਣ ਡਿਆ ਪੈਣ। ਤੁਸੀਂ ਪਾਠ ਨੀ ਕਰਦੇ ਤਾਂ ਹੀ ਤੁਹਾਡਾ ਧਿਆਨ ਭੂਤਾਂ ਵੱਲ, ਭੂਤ ਭਾਤ ਨੀ ਹੁੰਦੇ ਮੰਮੀ ਕੋਈ ਵੀ। ਤੁਸੀਂ ਕਿਹਾ ਸੀ ਨਾਲੇ ਮੈਨੂੰ ਕੀ ਭੂਤ ਨੀ ਹੁੰਦੇ? ਹਾਏ ਨੀ ਮੈਨੂੰ ਭੈਣਾ ਦਿਖਿਆ ਹੀ ਉਹ ਹੋਣਾ। ਹਾਂ ਦਿਖਿਆ ਹੀ ਇੱਥੇ। ਹਾਏ ਭੈਣਾ ਇਹਨੇ ਮੈਨੂੰ ਕਿੱਦਾਂ ਡਰਾਇਆ, ਇਹਨੂੰ ਤੇ ਮਾਸਾ ਅਕਲ ਨੀ, ਮੈਂ ਆਖਾਂ ਭੂਤ ਆ ਗਏ ਖਰੇ। ਹਾਏ ਮੰਮੀ ਅਕਲ ਤਾਂ ਤੁਹਾਨੂੰ ਨਹੀਂ ਡਰਾਇਆ ਤੇ ਤੁਸੀਂ ਮੈਨੂੰ, ਕਿ ਮੈਂ ਤੁਹਾਨੂੰ ਕਦੇ ਡਰਾਇਆ? ਇਹਨੇ ਭੂਤ ਭੂਤ ਲਾਇਆ, ਕਿੱਥੇ ਭੂਤ ਸਾਨੂੰ ਤੇ ਦੇਦੇ ਨੇ, ਅਸੀਂ ਵੀ ਇੱਥੇ ਰਹਿਣ ਦੇ। ਸੁਮਨ ਹੈ ਪੁੱਤ, ਤੂੰ ਤੇ ਮੇਰੀ ਗੱਲ ਸਮਝਦੀ ਆ, ਤੈਨੂੰ ਤੇ ਮੈਂ ਦੱਸਿਆ ਵਾ, ਅੱਗੇ ਵੀ ਦੱਸਿਆ ਸੀਗਾ। ਮੰਮੀ ਜੀ ਸਮਝਦੀ ਮੈਂ, ਠੀਕ ਹੈ ਮੈਨੂੰ ਦਿਖਾਈ ਦੇ ਤੇ ਫੇਰੀ, ਮੈਂ ਸਮਝਾਂ ਵੀ ਇੱਥੇ ਭੂਤ ਹੈਗੇ। ਹਾਏ ਨੀ ਵਾਹਰੂ ਆਹ, ਤੇਰਾ ਤੇ ਨਿਆਣਾ ਮਾਸਾ ਜਿੰਨਾ ਤੈਨੂੰ ਦਿਖਾਈ ਦੇਣ, ਹੁਣ ਤੋਂ ਆਂਦੀ ਮੈਨੂੰ ਹੁਣ ਦਿਖਾਈ ਦੇਣ, ਇਦਾਂ ਦੀਆਂ ਗੱਲਾਂ ਕਰਦੀ ਸ਼ੈਤਾਨ ਕੁੜੀ ਆ। ਦਿਖਾਈ ਦੇਣ ਨਹੀਂ ਪਤਾ ਮੈਨੂੰ ਲੱਭੇ ਤੇ ਫੇਰ ਮੈਂ ਤੁਹਾਡੇ ਤੇ ਯਕੀਨ ਕਰਾਂ। ਪਰ ਸਾਨੂੰ ਤੇ ਬੜਾ ਕੁਝ ਦੇਖਦਾ ਈ ਓ, ਪਹਿਲਾਂ ਸੁੱਖ ਨੂੰ ਦੇਹੇ ਹੁਣ ਮੈਨੂੰ। ਵਾਕਈ ਮੰਮੀ ਤੁਹਾਡੀ ਗੱਲ ਬਿਲਕੁਲ ਸਹੀ, ਮੈਨੂੰ ਵੀ ਮਹਿਸੂਸ ਹੋਏ ਇਹ ਦਿਖਿਆ ਜੀ ਨਹੀਂ ਆ, ਪਰ ਮੈਨੂੰ ਲੱਗਦਾ ਇਹ ਨੂੰ ਸੱਸ ਨਾ ਕਿਤੇ ਕੁੱਤਾ ਪਤਾ ਨਹੀਂ ਕਿਹਨਾਂ ਵੇਖ ਰਹੀਆਂ। ਇਹੋ ਗੱਲ ਮੈਨੂੰ ਵੀ ਲੱਗਦੀ ਆ, ਅਸੀਂ ਕਿੱਥੋਂ ਫਿਲਮ ਵੇਖ ਲੈਣੀ ਦੱਸ? ਭੂਤ ਕਿੱਥੋਂ ਆ ਗਏ ਮੰਮੀ? ਆਉਣਾ ਮੇਰੇ ਸਾਹਮਣੇ ਵੇਖੀ ਕਿੱਦਾਂ ਚੁੱਕ ਚੁੱਕ ਮਾਰਦਾ। ਉਧਰ ਵੇਖੋ ਮੇਰੇ ਹੁੰਦੇ ਆ, ਭੂਤਾਂ ਦੀ ਇੰਨੀ ਬੇਇੱਜ਼ਤੀ ਕੋਈ ਕਰ ਲੈ। ਚਲ ਕੋਈ ਗੱਲ ਨੀ, ਤੂੰ ਨਾ ਹੁਣ ਪੰਗਾ ਲੈਣ ਚੱਲ ਜਾਈਏ। ਤੂੰ ਮੈਂ ਨੇ ਪ੍ਰਤਾਪ ਨੂੰ ਤੁਸ ਕਰਦਾ ਹੁਣਾ ਮਾ ਪੰਗਾ ਲੈਣਾ ਲੈਣਾ ਲੈ, ਇਹਨੂੰ ਸਮਝਾਇਆ ਇਹਨੂੰ, ਕਹੇ ਐਵੇਂ ਨਾ ਸਾਰੇ ਟੱਬਰ ਨੂੰ ਡਰਾਈ ਜਾਵੇ। ਹੁਣ ਇਹ ਗੱਲ ਸਹੀ ਮੰਨ ਉਹ, ਇਹਨਾਂ ਨੂੰ ਪਤਾ ਲੱਗ ਜੇ ਭੂਤ ਕੀ ਹੁੰਦੇ ਆ, ਉਹਨੂੰ ਪਤਾ ਨਹੀਂ ਆ। ਉਹ ਟਲ ਜਾ ਟਲ ਜਾ, ਮੈਨੂੰ ਪਤਾ ਮਾ ਬਦਲਾ ਲੈਣਾ ਲੈਣਾ ਮੈਨੂੰ। ਤੂੰ ਕੀ ਹੋ ਗਿਆ? ਉਹ ਮੈਨੂੰ ਕੀ ਪਤਾ, ਇੰਨੀ ਜਿੱਦ ਕਰਦਾ, ਇੰਨੀ ਤਾਂ ਸਮਰੀਨ ਨਹੀਂ ਸਤਾਉਂਦੀ ਹੁੰਦੀ ਸੀ ਮੈਨੂੰ। ਜਾਵੇ ਨਾ ਜਾਵੇ, ਇਹਨਾਂ ਦਾ ਆਪਣਾ ਰੌਲਾ ਵਾ ਤੇ ਇਹਨਾਂ ਦਾ ਆਪਣਾ ਰੌਲਾ ਵਾ। ਜੇ ਭਰਾਵਾ ਵਾਗਰੂ ਆ, ਹੁਣ ਤੂੰ ਨਾ ਆਪਣੇ ਤੇ ਲੈ ਆ ਗੱਲ ਕਰੀ, ਉਹ ਆਂਦੀ ਮੈਨੂੰ ਤੇ ਕਦੀ ਤੂੰ ਆਨਾ ਵਾ, ਮੈਂ ਤਾਂ ਉਹਨੂੰ ਤੇ ਕਹਿਤਾ ਸਾਡਾ ਨਿਆਣਾ ਨਿਕਲ, ਤੈਨੂੰ ਹੁਣ ਮੈਂ ਕੀ ਆਖਾਂ? ਜਦੋਂ ਹੁੰਦੇ ਹੀ ਨਹੀਂ ਫੇਰ ਐਵੇਂ। ਮੰਮੀ ਇਹਨਾਂ ਨੂੰ ਵੀ ਭੂਤਾਂ ਦਾ ਜ਼ਿਆਦਾ ਹੀ ਚਾਅ ਚੜਿਆ ਹੀ। ਆਂਦਾ ਹੈ ਮੇਰੀ ਵੱਲ ਹੁਣ ਭਲਾ। ਬਾਹਰ ਨਾ ਸੀ ਭਣ ਫੜਿਆ ਸੀ, ਜੋ ਸੀ ਮਰਦੀ ਪੂਰੀ ਹੋਈ ਨਾ, ਤੇ ਨਵਾਂ ਭਣ ਫੜਿਆ ਭੂਤ ਭੂਤ। ਛਾਣੇ ਬਣੇ ਤੁਸੀਂ ਹੈਗੇ ਆ, ਪਰ ਤੁਸੀਂ ਸਗਿਆ। ਕੋਈ ਗੱਲ ਨਹੀਂ ਕਰਨ ਦੇ, ਆਪਾਂ ਤਾਂ ਕੁਝ ਵੀ ਨਹੀਂ ਆਖਿਆ। ਹੁਣ ਤੁਸੀਂ ਜ਼ਿਆਦਾ ਕਹਿੰਦੇ ਭੂਤ ਪਰ ਘਰ ਚ ਕਿੱਥੋਂ ਆ ਗਿਆ ਭੂਤ? ਬਹੁਤ ਪਹਿਲਾਂ ਇਹਨਾਂ ਨੂੰ ਕਦੇ ਭੂਤ ਲੱਭਾ ਨਹੀਂ। ਚੱਲ ਜਾ ਤੂੰ, ਕੋਈ ਗੱਲ ਨਹੀਂ ਗੀ। ਉਦਾਂ ਕਹਿੰਦੇ ਨਾਲ ਬਦਨਾਮੀ ਜਿੰਦੇ ਕਹਿੰਦੇ ਹੋਰਦੀ ਹੈ। ਨਹੀਂ ਆ ਵੇਖ ਲਾ ਹੁਣ ਵੱਖਰੀ ਗੱਲ ਕਰ ਗਿਆ, ਬਦਨਾਮੀ ਜਿੰਦੇ ਕੀ ਬਦਨਾਮੀ ਜਿੰਦੇ, ਮਨਪ੍ਰੀਤ ਮਰ ਗਈ ਤੇ ਸਾਨੂੰ ਚਾਹ ਚੜਿਆ ਵਾ। ਮੰਮੀ ਨਾਲੇ ਆਪਾਂ ਕਿਹੜਾ ਨਾਲ ਲਿਆ, ਅਸੀਂ ਨਾਲ ਨਹੀਂ ਲਿਆ ਕਿਸੇ ਦਾ,
ਹੁਣ ਜੇ ਅਸੀਂ ਕਹਿਣ ਡਏ ਆ ਤਾਂ ਸੱਚ ਹੀ ਕਹਿਣ ਡਏ, ਕੋਈ ਝੂਠ ਬੋਲਣ ਡਏ, ਅੱਗੇ ਨੀ ਆਪਾਂ ਕਹਿਤਾ। ਨਹੀਂ ਮੰਮੀ ਜੀ, ਵੱਖਰੀ ਗੱਲ ਨਹੀਂ, ਜੇ ਆਂਢ ਗੁਆਂਢ ਪਤਾ ਲੱਗੂ ਉਹਨਾਂ ਕਹਿਣਾ ਕੱਲ ਦੇ ਦਿਨ ਨੌ ਮਰੀ ਹੈ ਤੇ ਅੱਜ ਨਾਲ ਭੂਤ ਦੇਖਣ ਡਿਆ ਪਿਆ। ਤੇ ਭੈਣਾ ਤੁਸੀਂ ਗੱਲਾਂ ਕਰਨੀਆਂ ਵਾ, ਜਦੋਂ ਘਰ ਚ ਗੱਲਾਂ ਚੱਲਣੀਆਂ, ਜਦੋਂ ਘਰੋਂ ਕੋਈ ਗੱਲ ਨਾ ਕਰੂਗਾ ਤੇ ਬਾਹਰ ਗੱਲ ਕਿੱਦਾਂ ਚੱਲ ਜੂਗੀ? ਬਾਹਰ ਜਾਂਦੇ ਨਹੀਂ ਹੈਗੇ, ਇਹ ਜਿੱਦਾਂ ਤੁਸੀਂ ਰੋਲਾ ਪਾਉਂਦੇ ਫਿਰ ਲੋਕਾਂ ਨੂੰ ਤੇ ਪਤਾ ਲੱਗਣਾ ਹੀ। ਸਾਨੂੰ ਕਰਨ ਦੀ ਲੋੜ ਹੀ ਨਹੀਂ, ਜਿਹੜੀ ਤਾਂ ਡਿਸਟ੍ਰਿਕਟ ਆ ਬਾਗਾ ਵਾ ਤੁਹਾਡਾ, ਸਪੀਕਰ ਲਾਉਣ ਦੀ ਵੀ ਲੋੜ ਨਹੀਂ, ਪਤਾ ਕਿੱਥੋਂ ਤੱਕ ਆਵਾਜ਼ ਜਾਂਦੀ ਹੋਣੀ ਆ। ਭਰਾਵਾ ਜਦੋਂ ਇਹਨਾਂ ਨੂੰ ਫੋਨ ਆ ਜਾਣੇ ਪੇਕਿਆਂ ਤੋਂ ਭੈਣ ਭਰਾਵਾਂ ਦੇ ਬੰਨ ਸੁਣ, ਤੇ ਇਹਨਾਂ ਨੇ ਉਸੇ ਦੱਸਣ ਡਿਆ ਆਪਣਾ ਵੀ ਸਾਡੀ ਮੰਮੀ ਇਦਾਂ ਕਹਿਣ ਡੇ, ਤੇ ਆਪੇ ਗੱਲਾਂ ਖਿਲਰ ਜਾਣੀਆਂ। ਨਾਲੇ ਅਗਲੇ ਨੇ ਤਾਂ ਕਹਿਣਾ ਹੀ ਹੈ ਉਹਦੀ ਮਰੀ ਹੈ, ਉਹਨੇ ਕਹਿਣਾ ਉਹਦੇ ਬਾਰੇ ਕਹਿੰਦੇ ਹੋਣੇ ਆ। ਲੈ ਦੱਸ ਦਿੰਦੀ ਹੈ, ਲੈ ਦੱਸ ਮੰਮੀ ਇਹ ਤੁਹਾਡੇ ਵਾਂਗੇ ਨੂੰ ਆਖਣ ਡਿਆ ਆਪਣਾ ਇਹਦਾ ਘੱਟ ਵਾ। ਚੱਲ ਭੂਤ ਭੂਤ ਕਰੀ ਜਾਂਦੇ, ਜੇ ਚਿੜੇ ਅਲਕਾਓ ਤੇ ਮੰਨ ਵੀ ਲਈਏ। ਚੱਲ ਠੀਕ ਆ, ਹੁਣ ਫਿਰ ਤੈਨੂੰ ਹੀ ਦਿਖਣ ਤੇ ਤੈਨੂੰ ਲੱਗੇ ਪਤਾ, ਸਾਨੂੰ ਜੇ ਕਹਿੰਦਾ ਨਾ ਝੂਠ ਬੋਲਦੇ ਆ। ਮੈਂ ਤੇ ਆਪ ਆਨੀ ਮੰਮੀ, ਇਹਨੂੰ ਹੀ ਦਿਖਣ, ਹੁਣ ਇਹਨੂੰ ਹੀ ਦਿਖਣ ਲੱਗੂ ਪਤਾ। ਚੱਲ ਠੀਕ ਆ, ਇਦਾਂ ਹੀ ਕਹਿੰਦਾ, ਮੈਂ ਵੀ ਪਹਿਲੇ ਬੜੀ ਦਲੇਰ ਪਾਉਂਦੀ, ਇਹ ਨੀ ਪਤਾ ਉਦੋਂ ਲੱਗਦਾ ਜਦੋਂ ਗਾੜੀ ਆ ਜਾਣ। ਘੁਮਾਉਣ ਨੂੰ ਦਿਖਣਗੇ ਤਾਂ ਤੂੰ ਘੁਮਾਊਂਗਾ? ਨਾਲੇ ਤੇਰੇ ਹੁੰਦੇ ਆ ਭੂਤ ਚਿੜੇ ਲਾ ਸਕਦਾ ਈ। ਬਹੁਤੀਆਂ ਗੱਲਾਂ ਨਾ ਮਾਰ, ਤੂੰ ਵੀ ਭੂਤਾਂ ਦਾ ਸਰਦਾਰ ਈ ਆ, ਤੂੰ ਕਿਹੜਾ ਘੱਟ ਵਾ। ਉਹਨਾਂ ਨੂੰ ਪਤਾ ਸਾਡੀ ਸਰਦਾਰ ਨਹੀਂ ਤੇ ਬੈਠੀ। ਚਾਹ ਚਾਹ ਤੁਰਿਆ ਜਾ, ਗੱਲਾਂ ਨਾ ਮਾਰ ਬਹੁਤ। ਭੂਤਾਂ ਦੀ ਰਾਣੀ ਆਂਦੀ ਨਹੀਂ ਮੈਂ ਹੁਣ ਠੀਕ ਵਾਂ, ਹੁਣ ਨਹੀਂ ਆਂਦੀ, ਹੁਣ ਨਹੀਂ ਆਂਦੀ ਮੈਨੂੰ ਦਿਖਾਈ ਦਿੰਦੇ ਭੂਤ, ਹੁਣ ਤੈਨੂੰ ਕਿੱਥੋਂ ਦਿਖਾਈ ਦੇਣੇ। ਹੁਣ ਨਾ ਇੱਦਾਂ ਕਰ, ਸੁੱਖ ਨੂੰ ਘਲਾਈਗੀ, ਸੁੱਖ ਨੂੰ ਆਖੇ ਵੀ ਆ ਜਾ ਤੂੰ, ਜੇ ਤੈਨੂੰ ਦਿਖਾਈ ਦਿੰਦੇ ਤੇ ਆ ਜਾ, ਤੇਰੇ ਵੀ ਹਟਾ ਦਿੰਦਾ। ਅਸੀਂ ਤਾਂ ਨਾ ਹੀ ਲਿਆ ਸੀ ਚਿਮਟੇ ਦਾ, ਝੱਟ ਹੀ ਦੇਣਾ ਹਟ ਗਏ ਇਹਨਾਂ ਨੂੰ। ਜਾਂ ਪਖੰਡੀ ਫੜਿਆ ਲਿਆ ਵੀ ਡੈਡੀ ਤੂੰ ਇੱਥੇ ਸੀ ਜਾਣ ਡਿਆ ਵਾ, ਤੇ ਉਹਨਾਂ ਅੰਦਰ ਕੀ ਪਖੰਡ ਫੜਿਆ ਵਾ? ਕੀ ਆਂਦੀਆਂ, ਕੀ ਆਂਦੀਆਂ ਵਾ? ਉਹਦਾ ਰੌਲਾ ਪਾਇਆ ਭੂਤ ਭਾਤ ਕੀ ਸ਼ਮ? ਨਹੀਂ ਮੈਂ ਤੇ ਲੱਗਾ ਸੀ ਕਢਾਉਣ, ਤੂੰ ਆਂਦੀ ਨਹੀਂ ਮੈਨੂੰ ਹੁਣ ਨਹੀਂ ਦੇ ਦੀਦੇ, ਹੁਣ ਨਹੀਂ ਦਿਖਾਈ ਦਿੰਦੇ, ਮੈਨੂੰ ਨਹੀਂ ਚੰਗਾ ਲੱਗਦਾ। ਪਹਿਲਾਂ ਕਿ ਭੂਤ ਆਇਆ ਨਹੀਂ, ਹੁਣ ਜਦੋਂ ਹੀ ਮਨਪ੍ਰੀਤ ਪੂਰੀ ਹੋਈ ਆ ਉਦੋਂ ਤਾਂ ਕਹੀ ਜਾਂਦੇ ਭੂਤ ਭੂਤ ਭੂਤ, ਹੁਣ ਉਹਨੂੰ ਬਦਨਾਮ ਕਰਨ ਡੇ। ਮੈਂ ਤੇ ਆਪ ਉੱਤੇ ਇੱਦਾਂ ਉਹਨਾਂ ਨੂੰ ਆਖਣ ਡਿਆ ਵੀ ਇਹੋ ਜਿਹੀਆਂ ਗੱਲਾਂ ਨਹੀਂ ਹੁੰਦੀਆਂ, ਗੁਰੂ ਘਰ ਜਾਓ ਰੱਬ ਰੱਬ ਕਰੋ ਕੋਈ ਗੱਲ ਨਹੀਂ ਹੁੰਦੀ, ਇਹ ਤੁਹਾਡੇ ਮਨ ਦੇ ਡਰ ਹੀ ਆ, ਤੁਹਾਡੇ ਮਨ ਦੇ ਵਹਿਮ ਆ। ਜਿਹੜੀ ਚੀਜ਼ ਇੱਕ ਦੁਨੀਆ ਤੋਂ ਚਲ ਗਈ ਆ, ਸੜ ਗਈ ਆ, ਹੱਥੀ ਸਾਰੇ ਕੰਮ ਕਰ ਦਿੱਤੇ ਆ, ਉਹ ਚੀਜ਼ ਕਿਸ ਤਰ੍ਹਾਂ ਦੁਬਾਰਾ ਆ ਜਾਊਗੀ, ਕੀ ਹੋਊਗਾ? ਹੁਣ ਮੰਮੀ ਦੀ 55 ਸਾਲ ਉਮਰ ਹੋ ਗਈ ਆ, 34-35 ਸਾਲ ਮੇਰੀ ਹੋ ਗਈ ਆ, ਉਹਨੇ ਜਦ ਭੂਤ ਨਹੀਂ ਦੇਖੇ, ਹੁਣ ਮਨਪ੍ਰੀਤ ਪੂਰੀ ਹੋ ਗਈ ਆ ਤਾਂ ਹੁਣ ਇਹਨਾਂ ਭੂਤ ਦੇਖਣਾ ਪਏ ਆ, ਬਦਨਾਮ ਕਰਨੀ ਆ। ਜਾਣ ਕੇ ਕਰਦੀਆਂ ਇਹ, ਜਾਣ ਕੇ ਕਰਦੀਆਂ ਇਹ, ਇਹ ਕੰਮ ਦੀਆਂ ਕੰਮ ਤੋਂ ਕਰਨ ਦੀਆਂ ਵਾਰੀਆਂ ਕਰੀ ਜਾਂਦੀਆਂ ਵਾ, ਏਦਾਂ ਕੋਈ ਗੱਲ ਨਹੀਂ ਗੀ ਇਹਨਾਂ ਨੂੰ। ਜਦੋਂ ਉਹ ਜਿੰਦੀ ਉਦੋਂ ਮੈਨੂੰ ਚੁੱਕਣਾ ਦੇ ਦਿੰਦੀ ਹੈ, ਕੰਮ ਨਹੀਂ ਕਰਦੀ, ਸਾਰਾ ਕੰਮ ਕਰਦੀ, ਹੁਣ ਸਾਰਾ ਟੱਬ ਨੂੰ ਰੋਣਾ ਪਟਣਾ ਪਿਆ ਕੰਮ ਕਰਨਾ ਪੈਂਦਾ ਦੇ। ਪੁੱਤ ਜਿੰਨਾ ਕੰਮ ਉਹ ਕਰਦੀ ਨਾ, ਉਹਨਾਂ ਕੰਮ ਕਿਤੇ ਘਰ ਕਰਨ ਨਾ ਇਹ, ਤੇ ਘਰ ਸਾਡਾ ਸਵਰਗ ਬਣ ਜੇ, ਠੀਕ ਨੀ? ਹੁਣ ਮੰਨ ਲਓ ਇਹ ਇਹਨਾਂ ਨੂੰ ਕਿਤੇ ਗੁਰਦੁਆਰੇ ਜਾ ਘਲਾ ਦਿਓ ਨਾ, ਇਹਨਾਂ ਨੇ ਉੱਥੇ ਖੋ ਖੋ ਬਾਰੀਆਂ ਲੋਕਾਂ ਕੋਲ ਵੀ ਲਿਆ, ਮੈਂ ਸੇਵਾ ਕਰਨੀ, ਮੈਂ ਸੇਵਾ ਕਰਨੀ ਲਿਆ, ਮੈਂ ਭਾਂਡੇ ਮਾਂਜਣੇ ਆ, ਤੇ ਸ਼ਿੰਕਾਂ ਘਰ ਭਾਵੇਂ ਭਰੀਆਂ ਹੋਣ। ਮਹਾਰਾਜ ਕਹਿੰਦਾ ਇੱਦਾਂ ਦੀ ਤੇਰੀਆਂ ਸੇਵਾ ਕਬੂਲ ਨਹੀਂ ਗੀ, ਘਰ ਆਪਣੀ ਜਿਹੜੀ ਸ਼ਿੰਕ ਭਰੀ ਉਹਨੂੰ ਸਾਫ਼ ਕਰ, ਉਹ ਭਾਂਡੇ ਪਹਿਲਾਂ ਸਾਫ਼ ਕਰਕੇ ਟੰਗ ਕੇ ਫਿਰ ਮੇਰੇ ਘਰ ਆ। ਡੈਡੀ ਪਹਿਲਾਂ ਤਾਂ ਮੈਂ ਇਹਨਾਂ ਦੀ ਗੱਲਾਂ 'ਚ ਆ ਕੇ ਨਾ ਉਹਨੂੰ ਕਹਿੰਦਾ ਰਾਮ ਬੁਰਾ ਭਲਾ, ਤਾਂ ਹੁਣ ਮੇਰੇ ਕੋਲ ਨਹੀਂ ਜਾ ਰਹਿ ਜਾਂਦਾ ਸਿੱਧੀ ਗੱਲ ਹੀ, ਹੁਣ ਮਰੀ ਨੂੰ ਭੰਡੀ ਜਾਂਦੀਆਂ ਪੁੱਤ, ਹੁਣ ਸਿੱਧਾ ਤਾਂ ਨਹੀਂ ਕਹਿਣ ਡੀਆਂ, ਹੁਣ ਭੂਤ ਉਹਦਾ ਹੀ ਹੋਇਆ। ਕੋਈ ਨਹੀਂ, ਕਹਿੰਦੇ ਇਹਨਾਂ ਨੂੰ ਦੱਸਦੇ ਸਮਝਾਉਂਦੇ ਆ, ਇਹਨਾਂ ਨੂੰ ਬਹਿ ਕੇ ਨਾ ਇਹਨਾਂ ਦੋਵਾਂ ਦੀ ਕਲਾਸ ਲਾਉਣੀ ਪੈਣੀ ਆ ਵੀ ਇਹੋ ਜਿਹੀਆਂ ਗੱਲਾਂ ਨਹੀਂ ਹੁੰਦੀਆਂ, ਨਾ ਗੱਲ ਕਰੋ, ਆਪਣੇ ਘਰ ਦਾ ਪਾਜ ਨਾ ਕੱਢੋ। ਹੁਣ ਉਹ ਗੱਲ ਲੋਕਾਂ ਨੇ ਕਹਿਣਾ ਵੀ ਇਹਨਾਂ ਦੀ ਨੌ ਹੁਣ ਭੂਤ ਬਣ ਡਰਾਉਂਦੀ ਇਹਨਾਂ ਨੂੰ। ਆ ਮੈਥੋਂ ਨਹੀਂ ਜਰਿਆ ਜਾਂਦਾ, ਜੀ ਗੱਲ ਮੇਰੇ ਤੋਂ ਬੜਾ ਕੋਈ ਨਹੀਂ, ਜੇ ਇੱਦਾਂ ਪਖੰਡ ਕਰਨੇ ਮੈਨੂੰ ਕਰ ਦਿਓ ਅੱਡ, ਮੈਂ ਧੀ ਆਪਣੀ ਅੱਡ ਹੋਏ ਨੇ। ਨਹੀਂ ਪੁੱਤ, ਅਸੀਂ ਅੱਡ ਕੇ ਨਾ ਹੋਣ ਦਿੰਦਾ ਅਸੀਂ ਆਪਣੇ ਪੁੱਤ ਨੂੰ, ਕੋਈ ਗੱਲ ਹੀ ਨਹੀਂ ਇਹੋ ਜਿਹੀ ਮੇਰਾ ਪੁੱਤ। ਜਦੋਂ ਮੇਰੀ ਘਰ ਦੀ ਨੂੰ ਬਦਨਾਮੀ ਕਰੀ ਨਾ ਤੇ ਉਹਦੀ ਮਾਂ, ਕੋਈ ਨਹੀਂ ਮੈਂ ਕਹਿੰਦਾ ਵਾ, ਸਮਝਾਉਂਦੇ ਅਸੀਂ ਇਹਨਾਂ ਨੂੰ, ਇਹਨਾਂ ਨੂੰ ਉਹਨੂੰ ਸੁੱਖ ਨੂੰ ਵੀ ਸਮਝਾਉਣਾ ਪੈਣਾ ਵਾ, ਉਹਨੇ ਹੀ ਪਹਿਲਾਂ ਜ਼ਿਆਦਾ ਰੌਲਾ ਪਾਇਆ ਸੀ।
ਆ ਮਾਂ ਤੇਰੀ ਹੁਣ ਮਗਰੋਂ ਲੱਗੀ ਆ ਪਾਉਣ, ਉਹਨੂੰ ਸਮਝਾਉਂਦੇ ਕੋਈ ਨੀ, ਇਹੋ ਜਿਹੀਆਂ ਗੱਲਾਂ ਹੁੰਦੀਆਂ ਹੀ ਨੀ ਗੀਆਂ। ਪਹਿਲਾਂ ਕਿਤੇ ਲੋਕ ਹੁੰਦੇ ਸੀ, ਲੋਕ ਪਹਿਲਾਂ ਜਿਹੜੇ ਅਨਪੜ੍ਹਤਾ ਸੀ ਉਦੋਂ ਗੱਲਾਂ ਉਹ ਕਰਦੇ ਸੀ ਲੋਕੀ, ਇਹੋ ਜਿਹੀਆਂ ਗੱਲਾਂ ਨੀ ਕਿਤੇ। ਮਨ ਦੇ ਵਹਿਮ ਹੁੰਦੇ, ਜੋ ਮਨ ਚ ਸੋਚ ਲਿਆ ਉਹ ਸਾਹਮਣੇ ਦਿਖੀ ਜਾਣਾ ਹੁੰਦਾ। ਉਹ ਤਾਂ ਜਦੋਂ ਮਨ ਚ ਇੱਕ ਵਹਿਮ ਬਹਿ ਜੇ ਨਾ, ਫਿਰ ਬੰਦਾ ਆਪਣੇ ਪਰਛਾਵੇਂ ਤੋਂ ਹੀ ਡਰੀ ਤੁਰਿਆ ਜਾਂਦਾ ਹੁੰਦਾ, ਹੋਰ ਠੀਕ ਨੀ। ਜੋ ਬੰਦੇ ਮਨ ਵਹਿਮ ਪੈ ਜਾਵੇ, ਮਗਰੋਂ ਤਾੜੀ ਵੱਜਦੀ ਜਾਣਾ, ਤਾੜੀ ਵੱਜਣ ਡੀ ਆ, ਆਉਂ ਹੋਣ ਡਿਆ ਜਾਂ ਉਹ ਹੋਣ ਡਿਆ, ਉਹ ਤਾਂ ਮਨ ਚ ਉੱਦਾਂ ਜਾਂਦਾ। ਕਿਸੇ ਵੇਲੇ ਕਈ ਵਾਰ ਐਂ ਹੁੰਦਾ ਵੀ ਜਿਸ ਤਰ੍ਹਾਂ ਕੋਈ ਝਾਂਜਰਾ ਛਣਕਣ ਡਿਆ, ਮੈਂ ਤੁਰਿਆ ਜਾਣ ਡਿਆ, ਮੇਰੇ ਮਗਰ ਝਾਂਜਰਾਂ ਦੀ ਆਵਾਜ਼ ਆਉਂਦੀ ਆ। ਮਗਰ ਕੋਈ ਤੁਰਿਆ ਮਨ ਦਾ ਵਹਿਮ ਆ, ਮਨ ਦਾ ਵਹਿਮ ਆ, ਜੇ ਗੁਰਬ ਰੱਬ ਕਰ ਕੋਈ ਗੱਲ ਵੀ ਨੀ ਗੀ, ਨਾ ਹੈ ਹੀ ਇਹੋ ਜਿਹੀ ਗੱਲਾਂ। ਤੁਸੀਂ ਸਮਝਾ ਲਓ ਉਹਨਾਂ ਨੂੰ, ਮੇਰੇ ਤੋਂ ਬੁਰਾ ਚਾਹੇ ਕੋਈ ਨੀ। ਕੋਈ ਨੀ ਕੋਈ ਨੀ, ਮੈਂ ਕਹਿ ਦਿੰਦਾ ਇਹਨਾਂ ਨੂੰ, ਹੱਦ ਹੋ ਗਈ ਇਹਨਾਂ ਵਾਲੀ, ਘਰੋਂ ਬਾਹਰ ਹੀ ਚੰਗਾ, ਮੈਂ ਸਮੇਂ ਬੀਨਾ ਬਾਹਰ ਸਾਰਾ ਦਿਨ। ਅੱਜ ਤਾਂ ਥੱਕ ਗਈ, ਅੱਜ ਤੇ ਵੱਲਾਂ ਵੱਢ ਦਿੱਤੀਆਂ ਮੈਂ। ਹੈ ਮੈਂ ਕੀ ਚਾਚੀ ਵੱਲਾਂ ਵੱਢਣੀਆਂ, ਆ ਡੈਡੀ ਲੱਗੇ, ਡੈਡੀ ਨੂੰ ਪਤਾ ਨੀ ਕਾਹਦਾ ਗੁੱਸਾ ਸੀ, ਤੇ ਹੁਣ ਤੇ ਲੱਗਣੇ ਸੀ ਤੇ ਹੁਣ ਵੱਢ ਦਿੱਤੀਆਂ, ਵੱਲਾਂ ਤੇ ਸਾਰਾ ਜ਼ੋਰ ਛੱਡ ਗਿਆ ਤੇ ਵੱਲਾਂ ਸਾਰੀਆਂ ਵੱਢ ਵੱਢ ਸੁੱਟ ਗਈ। ਮੈਂ ਤਾਂ ਅੱਗੇ ਕਲਾ ਡੰਡੀ ਹੁਣ ਇਹਨਾਂ ਨੂੰ ਲੱਗਣਾ ਤੇ ਹੁਣ ਵੱਲਾਂ ਵੱਢ ਕੇ। ਅੱਜ ਕੱਲ ਮੈਂ ਵੇਖਦੇ ਕਿੰਨੀਆਂ ਪੀਪ ਲੱਗੀਆਂ ਹੁਣ ਅੱਲਾਂ ਨਾਲ। ਤੇ ਹੋਰ ਸੁਣ ਲੈ ਡੈਡੀ ਦੀ, ਪਿੰਡ ਡੈਡੀ ਅੰਮ੍ਰਿਤ ਨੂੰ ਕਹਿਣ ਡੇ ਵੀ ਅੰਮ੍ਰਿਤ ਜੇ ਜਿੰਦੀ ਹੁੰਦੀ ਤੇ ਮਨਪ੍ਰੀਤ ਦੀ ਜਗ੍ਹਾ ਉੱਥੇ ਉਹਨੂੰ ਤੋਰ ਦੇਣਾ। ਕੱਲ ਦੀਆਂ ਗੱਲਾਂ ਭਰਿਆ ਉਹਨਾਂ ਦਾ ਮੂੰਹ, ਕੱਲ ਜੇ ਏਦਾਂ ਹੋਈ ਤੇ ਉਹਦੀ ਸੱਸ ਨੇ ਕਹਿਣਾ ਚੰਗਾ ਹੀ। ਤੇ ਉਹ ਫਿਰ ਇਹ ਸੋਚਦੇ ਹੋਣੇ ਆ ਵੀ ਉਹ ਸਮਰੀਤ ਵੀ ਚਲੋ ਜੇ ਬਗਾਨੀ ਆ ਗਈ, ਬਗਾਨੇ ਥੋੜੀ ਧੀ ਉਹਨੂੰ ਸਮਝਦੀ ਆ, ਚੱਲ ਆਪਣੀ ਹੋਵੇ ਤਾਂ ਫਿਰ ਵੀ ਆਪਣੇ ਅੰਸ਼ਾ ਵਾ। ਮੈਂ ਦੋਖੀ ਆ ਸਮਰੀਤ ਦੀ, ਮੈਨੂੰ ਪਤਾ ਵਾ ਨਿਆਣੀ ਨੂੰ ਮਾਂ ਚਾਹੀਦੀ ਆ, ਪਰ ਅਮਰ ਤਾਂ ਉੱਥੇ ਟਿਕਣ ਵਾਲੀ ਹੈਗੀ ਤੇ ਜਾਂ ਉਹਨੂੰ ਸਾਂਭਣ ਵਾਲੀ ਹੈਗੀ ਕੁੜੀ ਨੂੰ, ਕਦੀ ਵੀ ਨੀ ਉਹਨੇ ਸਾਂਭਣਾ। ਡੈਡੀ ਫਿਰ ਇਹੋ ਹੀ ਆ ਨਾ, ਚੱਲ ਮੈਂ ਅੱਜ ਅੰਮ੍ਰਿਤ ਹੁੰਦੀ ਚੱਲ ਤੋਰ ਦਿੰਦਾ ਮੈਂ ਉਹਨੂੰ, ਆਹ ਚੱਲ ਘਰ ਦੀ ਘਰ ਹੀ ਵੀ ਚੱਲ ਜਾਂਦੀ। ਪਰ ਮਨਜੋਤ ਭਾਜੀ ਨੇ ਨਹੀਂ ਮੰਨਣਾ, ਬਗਾਨੀਆਂ ਫਿਰ ਆਉਂਦੀਆਂ ਟੋਕੀਆਂ ਮਾਰਦੀਆਂ ਵਾ, ਮਾਰਦੀਆਂ ਤੇ ਚਾਚੀ ਹੈਗੀਆਂ, ਪਰ ਨਹੀਂ ਉਹਨੇ ਮੰਨਣਾ, ਭਾਜੀ ਨੇ ਵੀ ਨਹੀਂ ਮੰਨਣਾ। ਉਹਦਾ ਤੇ ਉਹਦਾ ਸੁਭਾਅ ਦਾ ਦਿਨ ਰਾਤ ਦਾ ਫਰਕ ਹੀ, ਉਹਨੇ ਕਦੀ ਵੀ ਨਹੀਂ ਸਮਰੀਤ ਨਾਲ ਚੰਗੀ ਜਾਂ ਨਹੀਂ, ਫਿਰ ਵੀ ਉਹਨੇ ਹਾਂ ਵਧੀਆ ਘਰ ਵੇਖ ਕੇ ਮੈਨੂੰ ਪਤਾ ਉਹਨੇ ਖਾਂਤ ਕਰ ਦੇਣੀ, ਪਰ ਕੁੜੀ ਨੂੰ ਸਾਂਭਣੀ ਮੈਨੂੰ ਪਤਾ ਗਰੰਟੀ ਮੈਂ ਨਹੀਂ ਦੇਣੀ ਕਿ ਉਹ ਕਰ ਸਾਂਭਦੀ ਕਿ ਨਾ ਸਾਂਭਦੀ। ਨਹੀਂ ਸਾਂਭ ਲੈਣਾ, ਸਾਂਭਣਾ ਕਿਉਂ ਨਹੀਂ ਉਹਨੇ, ਤੇ ਨਾਲ ਵੀ ਆਪਣੇ ਨਾਲੇ ਸੱਚੀ ਲੱਗੀਆਂ ਨੇ ਨੇ ਝੱਗਾ ਚੁੱਕੋ ਤੇ ਆਪਣੇ ਢਿੱਡ ਨੰਗਾ ਹੁੰਦਾ ਤੇ ਉਹਨਾਂ ਦਾ ਟੱਬਰ ਤਾਂ ਤੂੰ ਜਾਣਦੀ ਆ ਕਿੰਨਾ ਜ਼ਬਰਦਸਤ ਵਾ, ਤੇ ਉੱਤੋਂ ਇਹਦੇ ਵੀ ਜ਼ਬਾਨ ਤੇਜ਼ ਤੇ ਹੱਥ ਕਾਢ ਕੱਢ ਲੈਣੀ ਸੀ ਇਹਨੇ। ਨਹੀਂ ਕਾਢ ਤੇ ਲੈਣੀ ਤੂੰ ਗੱਲ, ਤੂੰ ਸੋਚਦੀ ਨਹੀਂ। ਚਾਚੀ ਮਨਪ੍ਰੀਤ ਦੀ ਕਾਢ ਕੱਢੀ ਜਾਨੀ, ਮੈਂ ਅੱਗੇ ਵੀ ਡੈਡੀ ਨੂੰ ਸਮਝਾਉਣ ਦੀ ਮੱਥਾ ਮਾਰਨ ਦੀ ਆ ਕਿ ਮਨਪ੍ਰੀਤ ਦੀ ਉੱਥੇ ਟਿਕੀ ਸੀ ਜਿੰਨੀ, ਜੇ ਦਰਾਣੀ ਜਠਾਣੀ ਨੇ ਵੀ ਕਰ ਲੈਣੀ ਚੁੱਪ ਕਰਕੇ ਵਿਚਾਰੀ ਨੇ ਅੰਦਰ ਜਾਣਾ। ਪੇਕਿਆਂ ਦੇ ਘਰ ਹੋਰ ਗੱਲ ਹੁੰਦੀ ਆ, ਜਦੋਂ ਵੀ ਸਹੁਰੇ ਚਲ ਜਾਣਾ ਧੀਆਂ ਫਿਰ ਹੋਰ ਸੁਭਾਅ ਹੋ ਜਾਂਦਾ ਵਾ, ਫਿਰ ਵੀ ਨਿਉਂ ਕੇ ਰਹਿਣਾ ਪੈਂਦਾ ਵਾ। ਸਮਝਣ ਨਹੀਂ ਦੇ, ਮਨਪ੍ਰੀਤ ਨੇ ਨੀ ਕੇ ਕੱਢ ਲਈ ਉੱਥੇ, ਨਾ ਤਾਂ ਉਹਨੇ ਭਾਬੀ ਦੀਆਂ ਕਦੀ ਕਿਸੇ ਨੂੰ ਦੱਸੀਆਂ ਸੀ ਤੇ ਨਾ ਉਹਨੇ ਦਰਾਣੀ ਜਠਾਣੀ ਦੇ ਦੱਸੀਆਂ ਤੇ ਨਾ ਉਹਨੇ ਕਦੀ ਆਪਣੀ ਸੱਸ ਦੀਆਂ ਦੱਸੀਆਂ ਸੀ। ਉਹਨੇ ਜੇ ਚਲ ਜਿੰਦੀ ਹੁੰਦੀ ਉਮਰ ਤਾਂ ਚਲ ਉਹਨੇ ਵੀ ਚਲੋ ਕੱਢ ਹੀ ਲੈਣੀ ਸੀ, ਉਹ ਮੈਂ ਨਹੀਂ ਗਰੰਟੀ ਦਿੰਦੀ ਚਾਚੀ। ਨਹੀਂ ਨਹੀਂ ਫਿਰ ਵੀ ਹੋਰ ਸੁਭਾਅ ਹੋ ਜਾਂਦਾ, ਚਲੋ ਜੋ ਹੋ ਗਿਆ ਹੁਣ ਤਾਂ ਸਾਰਾ ਕੁਝ ਉਹਦਾ ਹੋ ਗਿਆ ਤੇ ਹੁਣ ਕੀ ਭਲਣ ਦਾ ਕੀ ਕਰਨਾ ਸੀ। ਉਹ ਚਲ ਹੁਣ ਮਹਾਰਾਜ ਜਾਣਦਾ ਨਾ, ਚਲ ਅੱਜ ਚਲੋ ਹੁੰਦੀ ਤੇ ਬਗਾਨੀ ਆ ਤੈਨੂੰ ਪਤਾ ਵਾ, ਧੀ ਪੁੱਤ ਨੂੰ ਉਹ ਥੋੜਾ ਸਮਝਦੀ ਆ। ਆਹੋ ਇਹ ਤਾਂ ਗੱਲ ਤੇਰੀ ਠੀਕ ਆ, ਉਹ ਤੇ ਉਹਨੇ ਤਾਂ ਫਿਰ ਵੀ ਗੱਲ ਨਾ ਲਾ ਲੈਣਾ ਸੀ ਕਿ ਚੱਲ ਮਾਸੀ ਸੀ। ਕਈ ਚਾਚੀ ਮਾਸੀਆਂ ਵੀ ਨਹੀਂ ਉਹ ਸਮਝਦੀਆਂ, ਤੈਨੂੰ ਮੈਂ ਦੱਸਾਂ ਘਰ ਖੁੱਲਾ ਕਰਕੇ ਸ਼ੌਂਕ ਬੌਂਕ ਨੂੰ ਉਹਨੇ ਜ਼ਰੂਰ ਕਰਾ ਲੈਣਾ ਸੀ, ਮੈਨੂੰ ਪਤਾ ਵਾ ਨਾ। ਚਾਚੀ ਉਹ ਵਾਹਣ ਬੜੀ ਆਉਣ ਡਈ ਸੀ ਕਿ ਕਰਨ ਡਏ ਸੀ? ਅੱਜ ਤੁਹਾਡੇ ਘਰ ਤਾਂ ਕੋਈ ਵਾਹਣਾ ਜਾਣ ਡਈ? ਹਾਂ ਬੜੀ ਆਉਣ ਡਈ, ਅੱਗੇ ਪੁੰਮਾ ਹੀ ਬਾਸ਼ਨਾ ਸੌਂ ਕੇ ਤੇ ਆ ਗਈ ਘਰ ਭੈਣਾ। ਅੱਛਾ ਉਹ ਕੇਲ ਡੈਡੀ ਨੇ ਥੋੜੇ ਜਿਹੇ ਮੱਝ ਨੇ ਨਾ ਦੁੱਧ ਦਿੱਤਾ ਸੀ। ਅੱਛਾ ਤੇ ਡੈਡੀ ਕਹਿੰਦੇ ਇਹਨਾਂ ਨੂੰ ਭੁੰਨ ਲਾ ਵੇਸਣ ਮਸਰ ਲਾ ਲਾਂਗੇ, ਤੇ ਪੁੰਮਾ ਜੇ ਆਈ ਤੇ ਆਂਦੀ ਮਾਸਾ ਸਵਾਦ ਵਿਖਾ ਦੀ, ਤੇ ਜੇ ਮੈਂ ਕਿਹਾ ਕੜਾਈ ਤੇ ਮਾਸਾ ਭੇਜਾ ਤੇ ਅੱਗੋਂ ਆਂਦੀ ਮੈਨੂੰ ਕੰਮ ਚੇਤੇ ਆ ਗਿਆ। ਤੇ ਹੁਣ ਆਪੇ ਦੇਣੇ ਨਾ ਪੈਣ, ਮੈਨੂੰ ਬਾਹਣਾ ਬਹੁਤ ਆਉਂ ਡਈ, ਪਹਿਲਾਂ ਮੈਂ ਪੁੱਛਣ ਲੱਗੀ ਹਾਂ ਕੰਧ ਟੱਪ ਕੇ ਭੈਣਾ ਜੋਤੀ ਵੀ ਕੀ ਭੁੰਨਣ ਡਈ ਹੈ, ਇਹ ਨਹੀਂ ਗੱਲ। ਹਾਂ ਦੇ ਕੋਲੀ ਕੋਲੀ ਭਾਵੇਂ ਦੇ
ਇਹੋ ਜਿਹਾ ਨੀ ਮੇਰਾ ਰੂਹ ਭੁੱਖਾ, ਕੌਲੀ ਕੌਲੀ ਸਾਰਿਆਂ ਨੂੰ ਵੰਡ ਦੂੰਗੀ, ਪਰ ਉਹ ਤਾਂ ਕੌਲੀਆਂ ਜੋਗਾ ਰਹਿਣਾ, ਫਿਰ ਮੇਰਾ ਤੇ ਰੇੜੀ ਜੋਗਾ ਤਾਂ ਨਹੀਂ ਬਚਣਾ। ਮੈਂ ਵੀ ਅੱਗ ਗਾੜੀ ਬੈਠੀ ਆ, ਮੈਂ ਕਿਹੜਾ ਚਾਚੀ ਏਸੀ ਤੇ ਕੜਾਈ ਦਾ ਵੀ। ਚੱਲ ਮੈਂ ਮਾਸਾ ਸਵਾਦ ਦਿਖਾ ਦਿੰਦੀ ਹਾਂ, ਚੱਲ ਮੈਂ ਜਾਣੀ ਆ, ਮੈਂ ਘਰ ਕੰਮ ਆ ਗਿਆ, ਚੱਲ ਕਲਾ ਦੂ ਮਾਸਾ ਘਰੇ ਮੈਂ। ਚੰਗਾ ਸਵਾਦ ਦਿਖਾ ਲੈਂਦੀ ਮਾਰੀ। ਕੰਮ ਚੇਤੇ ਆ ਗਿਆ, ਬਾਹਣਾ ਇਹਨੂੰ ਵੀ ਆ ਗਈ, ਉਮਾ ਨੂੰ ਵੀ ਆ ਗਈ, ਹੁਣ ਭਾਵੇਂ ਮਨਜੀਤ ਚਾਚੀ ਆ ਜੇ ਵੀ ਕੀ ਬਣਾਉਣ ਡੀ ਆ। ਅੰਤਰ ਕਿੱਲ ਕੀ ਮਾਸਾ ਭੁੰਨਣ ਡਿਆ ਵੀ, ਉਂਝ ਤਾਂ ਚੜਾ ਤੇ ਇਹਨਾਂ ਤੇ ਮੇਰੇ ਕਿੱਲ। ਕੀ ਹੋਇਆ ਤੈਨੂੰ, ਕੀ ਗੱਲ ਆ, ਤੂੰ ਵੀ ਉਹਦੇ ਪਿੱਛੇ ਲੱਗ ਗਈ। ਕਿਹਦੇ ਪਿੱਛੇ ਲੱਗੀ ਆ ਮੈਂ, ਦੱਸ ਆ ਮੈਨੂੰ ਪਹਿਲਾਂ। ਉਹ ਇੱਕ ਜਿਹੜੀ ਸੱਦੀ ਉੱਤੇ ਸੱਦੀ, ਮੈਂ ਸੱਦੀ ਆ ਤੈਨੂੰ, ਮੈਂ ਕਿਹਾ ਉਹਨੂੰ ਆਪਣੀ ਟੀਮ ਚ ਨਾ ਰੱਖੀ। ਇਹਨੂੰ ਤਾਂ ਮੈਂ ਵੀ ਨਹੀਂ ਰੱਖਣਾ ਚਾਹੁੰਦੀ ਆਪਣੀ ਟੀਮ ਦੇ ਵਿੱਚ, ਮੈਂ ਪੁਰਾਣਾ ਖੁੰਡ ਤੇ ਮੈਨੂੰ ਨਾ ਕੋਈ ਰੱਖੇ। ਅੰਤਰ ਰੱਖਣਾ, ਮੈਂ ਤੈਨੂੰ ਕਹਿ ਰਹੀ ਮੇਰੀ ਆਪਣੀ ਜ਼ਿੰਦਗੀ, ਤੇਰੀ ਆਪਣੀ ਜ਼ਿੰਦਗੀ, ਤੇਰੀ ਆਪਣੀ ਜ਼ਿੰਦਗੀ, ਮੈਂ ਤੇ ਕਹਾਂਗਾ ਨਹੀਂ ਸਕਦੀਆਂ, ਤੇ ਦੋਵੇਂ ਇਕੱਠੀਆਂ ਹੋ ਜਾਓ, ਮੇਰੇ ਮੇਰੇ ਜਿਹੜਾ ਪਾਵਰ ਨਹੀਂ ਤੁਹਾਡੇ ਕੋ। ਤੂੰ ਸੋਨੂ ਨੂੰ ਡਰਾਣਾ? ਮੈਂ ਡਰਾਉਣਾ ਉਹ ਜਦੋਂ ਕਹਿੰਦੀ ਵੀ ਨਹੀਂ ਡਰਾਉਣਾ, ਤੇ ਫਿਰ ਤੂੰ ਕੱਲ ਹੀ ਲੜਨ ਦਿਆ ਉਹਦੇ ਨਾਲ। ਨਹੀਂ, ਜਦੋਂ ਦੀ ਉਹ ਸਾਡੇ ਵਿੱਚ ਆਈ ਹੈ ਉਦੋਂ ਦੀ ਉਹ ਬੇਬੇ ਬਣੀ ਹੈ।